ਆ ਗਿਆ, ਕਲੋਜ਼ ਟੈਬ ਲੈ ਗਿਆ, ਅਤੇ ਅਸੀਂ ਜਿਹੜੇ ਚੀਜ਼ਾਂ ਵਗੈਰਾ ਰੱਖ ਲੈ ਆ, ਅਤੇ ਅਸੀਂ ਆ ਫਰੂਟ ਦੀ ਕਟਿੰਗ ਕੀਤੀ ਸੀ। ਜੀ ਮੇਰੀ ਬੇਟੀ ਅੱਜ ਮੇਰੇ ਨਾਲ ਮਦਦ ਕਰ ਦਿੱਤੀ, ਜ਼ਾਰਾ ਫਾਤਮਾ ਜ਼ਾਰਾ, ਪਰ ਮੈਂ ਗਲਾਸ ਨਹੀਂ ਹੈਗਾ, ਮੈਂ ਕੱਪ ਉੱਥੇ ਰੱਖਾਂ, ਮੈਂ ਕੱਪ ਉੱਥੇ ਰੱਖਾਂ, ਪੱਖਾ ਮੰਗ ਕਰ ਜੀ। ਅੱਜ ਅਸੀਂ ਇਫਤਾਰੀ ਵਿੱਚ ਪਹਿਲੀ ਦਫ਼ਾ ਫਰੂਟ ਇਸਤੇਮਾਲ ਕਰਨ ਲੱਗਿਆ, ਬਹੁਤ ਜ਼ਿਆਦਾ ਮਹਿੰਗਾ ਅਤੇ ਹਾਲਾਤ ਵੀ ਬਹੁਤ ਜ਼ਿਆਦਾ ਡੋਨ ਨੇ, ਅਤੇ ਤੁਹਾਨੂੰ ਪਾਕਿਸਤਾਨ ਦੇ ਹਾਲਾਤਾਂ ਦਾ ਪਤਾ ਅਤੇ ਪਾਕਿਸਤਾਨ ਦੀ ਮਹਿੰਗਾਈ ਦਾ ਵੀ ਤੁਹਾਨੂੰ ਪਤਾ। ਰੋਟੀਆਂ ਜਿਹੜੀਆਂ ਅਸੀਂ ਰੱਖਣ ਲੱਗੇ ਵਾਂ, ਅਤੇ ਫਟਾਫਟ ਸਾਲਨ ਪਾਉਂਦੇ ਵਾਂ, ਕਿਉਂਕਿ ਟਾਈਮ ਬਿਲਕੁਲ ਥੋੜ੍ਹਾ ਜਿਹਾ ਰਹਿ ਗਿਆ ਵੇ, ਅਤੇ ਅਸੀਂ ਜੀ ਦੁਆ ਦੁਆ ਵੀ ਮੰਗਣੀ ਹੈ ਬਿਸਮਿਲਲਾਹ ਰਹਿਮਾਨ ਰਹੀਮ। ਅਤੇ ਅਸੀਂ ਜੀ ਅੱਜ ਆਲੂ ਬੇਂਗਨ ਬਣਾਏ ਨੇ, ਗਲਾਸ ਖਾ।